धुरी में अपनी मांगे ना माने जाने के रोष में पावरकॉम कर्मचारियों ने रोष प्रदर्शन करके केडी चौधरी का पुतला जलाया। इस अवसर पर सुखदेव शर्मा ने कहा कि आज हमारा स्टेट लेवल का प्रोग्राम है, हमने पहले इसे 2 अगस्त को करना था, अब 4 को करना है। सरकार की ओर से जो पे बैंड दिए गए हैं वो हमें 1 दिसंबर 2011 के बजाय 2015 से देना चाहती है, जिससे मुलाजमों का 229 करोड़ का नुकसान होगा। इससे 15,000 के करीब कर्मचारियों को लाभ होना था, परंतु अभी 7500 तक सीमित रह गया है। उन्होंने कहा कि पावरकॉम में कर्मचारियों के रिटायरमेंट के बाद नई भर्ती नहीं की जा रही। मैं सुखदेव शर्मा डिप्टी जनशक्ति ऑल इंडिया पटिशन ऑफ इलेक्ट्री इंप्लाई, अज जिहड़ा साडा स्टेट पद्धर दा प्रोग्राम सी ਇਹ 2 ਤਰੀਕ ਨੂੰ ਕਰਨ ਦੀ ਬਜਾਏ 4 ਨੂੰ ਕੀਤਾ। ਇਸ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਹੈ, ਇੱਕ ਤਾਂ ਪੰਜਾਬ ਗੌਰਮੈਂਟ ਵੱਲੋਂ ਜਿਹੜੇ ਪੇ ਬੈਂਡ ਦਿੱਤੇ ਗਏ ਨੇ ਉਹ ਸਾਨੂੰ 1/12/2011 ਦੀ ਬਜਾਏ ਬੋਰਡ 2015 ਤੋਂ ਦੇਣਾ ਚਾਹੁੰਦਾ ਹੈ, ਜਿਹਦੇ ਨਾਲ ਮੁਲਾਜ਼ਮਾਂ ਦਾ 229 ਕਰੋੜ ਦਾ ਨੁਕਸਾਨ ਹੋਏਗਾ। ਜਿੱਥੇ 15,300 ਦੇ ਕਰੀਬ ਮੁਲਾਜ਼ਮਾਂ ਨੂੰ ਫਾਇਦਾ ਹੋਣਾ ਹੈ, ਉੱਥੇ ਫਾਇਦਾ 7200 ਮੁਲਾਜ਼ਮਾਂ ਤੱਕ ਸੀਮਿਤ ਹੋ ਜਾਏਗਾ। ਦੂਸਰਾ, ਸਾਡੇ ਜਿਹੜੇ ਮ੍ਰਿਤਕ ਕਰਮਚਾਰੀ ਹੈ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ। ਤੀਜੇ, ਜਿਹੜੇ ਰਿਟਾਇਰ ਹੋ ਰਹੇ ਹੈ ਉਹਨਾਂ ਦੀ ਤਾਂ ਕੋਈ ਭਰਤੀ ਨਹੀਂ ਕੀਤੀ ਜਾ ਰਹੀ, ਜਿਹਦੇ ਨਾਲ ਸਾਡੇ ਬਿਜਲੀ ਬੋਰਡ ਦੇ ਪਾਵਰਕੌਮ ਦੇ ਮੁਲਾਜ਼ਮ ਹੈ ਜਿਹੜੇ ਮਾਨਸਿਕ ਰੋਗੀ ਹੋ ਰਹੇ ਆ। ਕੱਚੇ ਕੰਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ, ਉਹ ਲਗਾਤਾਰ ਜਿਹੜੇ ਕੰਟੈਕਟ ਦੇ ਵਰਕਰ ਹੈ ਜਾਂ ਵਰਕ ਚਾਰਜ ਕੰਮ ਹੈ ਉਹ ਰੁਲ ਰਿਹਾ। ਇਸ ਤਰ੍ਹਾਂ ਦੇ ਦਿੱਤੇ ਮੰਗ ਪੱਤਰ 'ਤੇ ਅਸੀਂ ਜਿਹੜੀ ਆ ਉਹ ਲੜਾਈ ਸ਼ੁਰੂ ਕੀਤੀ ਹੈ, ਜਿਹਦੇ ਵਿੱਚ ਅਸੀਂ ਪਹਿਲਾਂ ਚੇਅਰਮੈਨ ਦੀ ਕੋਠੀ ਦਾ ਘਰਾਓ ਕੀਤਾ, ਫਿਰ ਹੁਣ ਅਸੀਂ ਪੰਜਾਬ ਪੱਧਰ 'ਤੇ ਉਹਦੀਆਂ ਅਰਥੀਆਂ ਸਾੜਦੇ ਹਾਂ। ਇਸ ਤਰ੍ਹਾਂ ਦੀ ਲਗਾਤਾਰ ਜਿਹੜੀ ਲੜਾਈ ਹੈ ਉਹ ਜਾਰੀ ਰਹੇਗੀ। ਇਸ ਹਾਲਤ 'ਚ ਅਸੀਂ ਇਹ ਫੰਕਸ਼ਨ ਕੀਤਾ। धुरी से अजार टीवी न्यूज़ के लिए विक्की भुल्लर की रिपोर्ट।